ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਰ ਕੀ ਨਾਮ ਹੈ ਤੁਹਾਡਾ? ਮੈਂ ਜੀ ਭੁਪਿੰਦਰ ਸਿੰਘ ਬੋਲ ਰਿਹਾ, ਪੰਜਾਬ ਪੋਲਟਰੀ ਗਰੁੱਪ ਦਾ ਮਾਲਿਕ ਹਾਂ। ਮੇਰਾ ਇੱਕ ਯੂਨਿਟ ਹੈ ਪੰਜਾਬ ਬਰਾਇਲਰ, ਪੋਛਰ ਮਾਰਕੀਟ ਰੋਡ ਦੇ ਉੱਤੇ, ESI ਰੋਡ ਦੇ ਉੱਤੇ ਲੁਧਿਆਣੇ। ਵਾਇਰਸ, ਕਰੋਨਾ ਵਾਇਰਸ ਦੇ ਕਰਕੇ ਨਾ ਲੋਕਾਂ ਨੇ ਚਿਕਨ ਖਾਣਾ ਬੰਦ ਕਰਤਾ, ਉਹਦੇ ਕਰਕੇ 90% ਦੇ ਕਰੀਬ ਜਿਹੜੀ ਹੈ ਸੇਲ ਘੱਟ ਗਈ ਹੈ। ਉਹਦੇ ਨਾਲ 1 ਕਰੋੜ ਬੰਦੇ ਜਿਹੜੇ ਹੈ ਡਾਇਰੈਕਟਲੀ ਔਰ ਇਨਡਾਇਰੈਕਟਲੀ ਅਨਇੰਪਲੋਇਡ ਹੋ ਗਏ ਨੇ, ਜਿਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਗਏ ਨੇ। ਉਹਦੇ ਵਿੱਚ ਪੋਲਟਰੀ ਫਾਰਮਰ ਹੈਗੇ ਨੇ, ਟ੍ਰੇਡਰ ਨੇ, ਹੋਲਸੇਲਰ, ਹੋਟਲਰ, ਰੇਹੜੀਆਂ ਵਾਲੇ, ਛੋਟੇ ਛੋਟੇ ਦੁਕਾਨਦਾਰ ਨੇ, ਉਹ ਬੜਾ ਇਫੈਕਟ ਕੀਤਾ ਹੈ। ਲੋਕਾਂ ਦੇ ਵਿੱਚ ਅਵੇਅਰਨੈਸ ਕਰਨਾ ਚਾਹੁੰਦਾ, ਮੈਂ ਪਿਛਲੇ 50 ਸਾਲ ਤੋਂ ਪੋਲਟਰੀ ਕਰ ਰਿਹਾ ਔਰ ਕਾਫੀ ਲੰਬੇ ਅਰਸੇ ਤੋਂ ਮੈਂ ਪੰਜਾਬ ਪੋਲਟਰੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ, ਅਤੇ ਇਸ ਵਕਤ ਨੈਸ਼ਨਲ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਬੋਰਡ ਦਿੱਲੀ ਦੇ ਵਿੱਚ ਐਡਵਾਈਜ਼ਰ ਹਾਂ ਗੌਰਮੈਂਟ ਦਾ। ਅਤੇ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਜਿਹੜਾ ਚਿਕਨ ਹੈ ਔਰ ਅੰਡਾ ਜਿਹੜਾ ਹੈਗਾ, ਦਿਸ ਇਜ਼ ਦਾ ਓਨਲੀ ਨੋਨ ਅਡਲਟਰੇਟਡ ਫੂਡ ਇਨ ਦਾ ਵਰਲਡ। ਚਿਕਨ ਵਾਈਟ ਹੋਣ ਕਰਕੇ ਇਹਦੇ 'ਚ ਕੋਈ ਐਡੀਸ਼ਨ ਨਹੀਂ ਹੋ ਸਕਦੀ ਔਰ ਅੰਡਾ ਜਿਹੜਾ ਇਹਦੇ 'ਚ ਖੋਲ੍ਹ ਕੇ ਕੁਛ ਐਡ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਡਾਕਟਰ ਵੀ ਆਏ ਸਾਡੀ ਦੁਕਾਨ ਦੇ ਉੱਤੇ, ਵਕੀਲ ਵੀ ਆਏ, ਬੈਂਕ ਮੈਨੇਜਰ ਵੀ ਆਏ ਅਤੇ ਪੁਲਿਸ ਵਾਲੇ ਵੀ ਆਏ, ਸਾਰਿਆਂ ਨੇ ਇੱਥੇ ਰਲ ਮਿਲ ਕੇ ਚਿਕਨ ਖਾਧਾ। ਲੋਕਾਂ ਨੇ ਕਾਰਾਂ ਰੋਕੀਆਂ, ਟ੍ਰੈਫਿਕ ਜਾਮ ਹੋ ਗਿਆ। ਸਰ ਕੀ ਨਾਮ ਹੈ ਤੁਹਾਡਾ? ਮੈਂ ਜੀ ਭੁਪਿੰਦਰ ਸਿੰਘ ਬੋਲ ਰਿਹਾ, ਪੰਜਾਬ ਪੋਲਟਰੀ ਗਰੁੱਪ ਦਾ ਮਾਲਿਕ ਹਾਂ। ਮੇਰਾ ਇੱਕ ਯੂਨਿਟ ਹੈ ਪੰਜਾਬ ਬਰਾਇਲਰ, ਪੋਛਰ ਮਾਰਕੀਟ ਰੋਡ ਦੇ ਉੱਤੇ, ESI ਰੋਡ ਦੇ ਉੱਤੇ ਲੁਧਿਆਣੇ। ਵਾਇਰਸ, ਕਰੋਨਾ ਵਾਇਰਸ ਦੇ ਕਰਕੇ ਨਾ ਲੋਕਾਂ ਨੇ ਚਿਕਨ ਖਾਣਾ ਬੰਦ ਕਰਤਾ, ਉਹਦੇ ਕਰਕੇ 90% ਦੇ ਕਰੀਬ ਜਿਹੜੀ ਹੈ ਸੇਲ ਘੱਟ ਗਈ ਹੈ। ਉਹਦੇ ਨਾਲ 1 ਕਰੋੜ ਬੰਦੇ ਜਿਹੜੇ ਹੈ ਡਾਇਰੈਕਟਲੀ ਔਰ ਇਨਡਾਇਰੈਕਟਲੀ ਅਨਇੰਪਲੋਇਡ ਹੋ ਗਏ ਨੇ, ਜਿਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਗਏ ਨੇ। ਉਹਦੇ ਵਿੱਚ ਪੋਲਟਰੀ ਫਾਰਮਰ ਹੈਗੇ ਨੇ, ਟ੍ਰੇਡਰ ਨੇ, ਹੋਲਸੇਲਰ, ਹੋਟਲਰ, ਰੇਹੜੀਆਂ ਵਾਲੇ, ਛੋਟੇ ਛੋਟੇ ਦੁਕਾਨਦਾਰ ਨੇ, ਉਹ ਬੜਾ ਇਫੈਕਟ ਕੀਤਾ ਹੈ। ਲੋਕਾਂ ਦੇ ਵਿੱਚ ਅਵੇਅਰਨੈਸ ਕਰਨਾ ਚਾਹੁੰਦਾ, ਮੈਂ ਪਿਛਲੇ 50 ਸਾਲ ਤੋਂ ਪੋਲਟਰੀ ਕਰ ਰਿਹਾ ਔਰ ਕਾਫੀ ਲੰਬੇ ਅਰਸੇ ਤੋਂ ਮੈਂ ਪੰਜਾਬ ਪੋਲਟਰੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ, ਅਤੇ ਇਸ ਵਕਤ ਨੈਸ਼ਨਲ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਬੋਰਡ ਦਿੱਲੀ ਦੇ ਵਿੱਚ ਐਡਵਾਈਜ਼ਰ ਹਾਂ ਗੌਰਮੈਂਟ ਦਾ। ਅਤੇ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਜਿਹੜਾ ਚਿਕਨ ਹੈ ਔਰ ਅੰਡਾ ਜਿਹੜਾ ਹੈਗਾ, ਦਿਸ ਇਜ਼ ਦਾ ਓਨਲੀ ਨੋਨ ਅਡਲਟਰੇਟਡ ਫੂਡ ਇਨ ਦਾ ਵਰਲਡ। ਚਿਕਨ ਵਾਈਟ ਹੋਣ ਕਰਕੇ ਇਹਦੇ 'ਚ ਕੋਈ ਐਡੀਸ਼ਨ ਨਹੀਂ ਹੋ ਸਕਦੀ ਔਰ ਅੰਡਾ ਜਿਹੜਾ ਇਹਦੇ 'ਚ ਖੋਲ੍ਹ ਕੇ ਕੁਛ ਐਡ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਡਾਕਟਰ ਵੀ ਆਏ ਸਾਡੀ ਦੁਕਾਨ ਦੇ ਉੱਤੇ, ਵਕੀਲ ਵੀ ਆਏ, ਬੈਂਕ ਮੈਨੇਜਰ ਵੀ ਆਏ ਅਤੇ ਪੁਲਿਸ ਵਾਲੇ ਵੀ ਆਏ, ਸਾਰਿਆਂ ਨੇ ਇੱਥੇ ਰਲ ਮਿਲ ਕੇ ਚਿਕਨ ਖਾਧਾ। ਲੋਕਾਂ ਨੇ ਕਾਰਾਂ ਰੋਕੀਆਂ, ਟ੍ਰੈਫਿਕ ਜਾਮ ਹੋ ਗਿਆ, ਬਹੁਤ ਰਸ਼ ਰਿਹਾ ਔਰ ਲੋਕਾਂ ਨੂੰ ਅਵੇਅਰਨੈਸ ਦਿੱਤੀ ਕਿ ਜਿਹੜਾ ਚਿਕਨ ਹੈ ਇਹਦੇ ਖਾਣ ਨਾਲ ਕਰੋਨਾ ਵਾਇਰਸ ਨਹੀਂ ਹੁੰਦਾ। ਚਿਕਨ ਦਾ ਲੰਗਰ ਇਸ ਕਰਕੇ 2003 ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਫਸਟ ਟਾਈਮ ਮੈਂ ਜਦੋਂ ਆਪਣਾ ਬਰਡ ਫਲੂ ਆਇਆ ਸੀ ਉਦੋਂ ਲਗਾਇਆ ਸੀ ਇਸੇ ਦੁਕਾਨ ਦੇ ਉੱਤੇ। ਦਿਸ ਇਜ਼ ਦਾ ਸੈਕਿੰਡ ਟਾਈਮ ਦਿਸ ਇਨੋਵੇਸ਼ਨ ਵਾਜ ਮੇਡ ਬਾਈ ਮੀ ਇਨ ਦਾ ਵਰਲਡ, ਕਿ ਚਿਕਨ ਲੋਕਾਂ ਨੂੰ ਖਿਲਾ ਕੇ ਲੋਕਾਂ ਦਾ ਭਰਮ ਦੂਰ ਕੀਤਾ ਜਾਵੇ ਕਿ ਜਿਹੜਾ ਚਿਕਨ ਹੈ ਬਿਲਕੁਲ ਟੋਟਲੀ ਡਿਜ਼ੀਜ਼ ਫਰੀ ਹੈ। ਬਿਮਾਰੀ ਕਿੱਥੇ ਹੁੰਦੀ ਹੈ, ਲੋਕ ਕਿਹੜੇ ਦੁਨੀਆ ਦੇ ਕੋਨੇ ਦੇ ਵਿੱਚ ਚਿਕਨ ਖਾਣਾ ਬੰਦ ਕਰ ਦਿੰਦੇ, ਇਹ ਲੌਜਿਕ ਨਹੀਂ ਹੈਗਾ। ਕੋਈ ਸਰਕਾਰ ਨੇ ਜਿਸ ਤਰੀਕੇ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ, ਪਰ ਉਹਦੇ ਤਾਂ ਉਲਟਾ। ਨਹੀਂ, ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਚਿਕਨ ਕਰਕੇ ਕਰੋਨਾ ਨਹੀਂ ਹੁੰਦਾ। ਦੇਖੋ, ਇੱਕ ਕੇਰਲਾ ਦੇ ਵਿੱਚ ਲੇਟੈਸਟ ਕੱਲ੍ਹ ਦੀ ਨਿਊਜ਼ ਹੈਗੀ ਹੈ, ਕੇਰਲਾ ਦੇ ਵਿੱਚ ਇੱਕ ਬੰਦੇ ਨੇ ਚਿਕਨ ਬਿਰਿਆਨੀ ਖਾ ਕੇ ਉਹਦਾ ਜਿਹੜਾ ਹੈ ਕਲੀਅਰ ਹੋਇਆ, ਆਪਣਾ ਵਾਇਰਸ ਕਲੀਅਰ ਹੋਇਆ ਡਿਊਰਿੰਗ ਉਹਦੀ ਟ੍ਰੀਟਮੈਂਟ। ਇਹਨੂੰ ਚਿਕਨ ਬਿਰਿਆਨੀ ਦਿੱਤੀ ਗਈ ਔਰ ਉਹਨੇ ਚਿਕਨ ਬਿਰਿਆਨੀ ਖਾਧੀ ਅਤੇ ਉਹਦਾ ਵਾਇਰਸ ਕਲੀਅਰ ਹੋ ਗਿਆ। ਹੀ ਇਜ਼ ਟੋਟਲੀ ਵਾਇਰਸ ਫਰੀ ਨਾਓ। ਸਟਾਫ ਨਰਸ ਛੇ ਪੇਸ਼ੈਂਟ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2 ਦੀ ਅੱਜ ਆਪਾਂ ਭੇਜਾਂਗੇ। ਟੋਟਲ 8 ਪੇਸ਼ੈਂਟ ਆਪਣੇ ਕੋਲ ਆਏ ਨੇ ਜੀ। ਹਾਂਜੀ, ਤੇ ਕੀ ਫੈਸਿਲਿਟੀ ਦੇ ਰਹੇ ਹੋ ਉੱਥੇ ਹਸਪੀਟਲ ਦੇ ਵਿੱਚ ਖਾ ਸਕਦੇ ਜਿਹੜੇ ਆ ਰਹੇ ਟੈਸਟ ਕਰਾਉਣ ਵਾਸਤੇ? ਹਾਂਜੀ ਹਾਂਜੀ, ਜੇ ਹਸਪੀਟਲ ਟੈਸਟ ਆ ਰਹੇ ਉਹਨਾਂ ਵਾਸਤੇ ਅਰੇਂਜਮੈਂਟ ਕਿਵੇਂ ਜਾ ਰਹੇ? ਅਰੇਂਜਮੈਂਟ ਸਾਰਾ ਵਧੀਆ ਹੈ ਜੀ। ਆਈਸੋਲੇਟਡ ਰੂਮ ਹੈ ਆਪਣੇ ਕੋਲੇ ਅਤੇ ਸਾਰੀਆਂ ਫੈਸਿਲਿਟੀਜ਼ ਆਪਾਂ ਪੇਸ਼ੈਂਟਸ ਨੂੰ ਦੇ ਰਹੇ ਹਾਂ। ਕੋਈ ਵੀ ਇੱਦਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਆਪਾਂ ਆਪਣੀ ਸੇਫਟੀ ਅਤੇ ਪੇਸ਼ੈਂਟ ਦੀ ਸੇਫਟੀ ਨੂੰ ਦੇਖ ਕੇ ਹੀ ਸਭ ਕੁਝ ਕਰ ਰਹੇ। ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ,
ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ। ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81-466-77-009। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਦੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83-607-99-607, 8360-7-89607।